Vaheguru. 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 Vaheguru ji ka khalsa. Vaheguru ji ki fateh. ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਦਇਆ ਨਾਲ ਆਪ ਜੀ ਨੂੰ ਬੇਨਤੀ ਹੈ ਕਿ ਇਹ ਤੋਂ ਗੁਰਬਾਣੀ ਵਿੱਚ ਬਚਨ ਲਿਖਿਆ ਧਿਆਨ ਨਾਲ ਸੁਣੋ ਜੀ ਗੁਰਮੁਖੋ। ਏਕ ਏਕੋ ਨਾਹੀ ਭਉ ਕੋਏ ਲਿਖਿਆ ਗੁਰਮੁਖੋ। ਜੇ ਤੇ ਸਾਡੀ ਏਕਤਾ ਰਹੀ, ਯੂਨਿਟੀ ਰਹੀ, ਏਕਤਾ ਰਹੀ ਏਕਤਾ, ਤੇ ਦੁਨੀਆਂ ਦੀ ਕੋਈ ਤਾਕਤ ਗੁਰੂ ਕੇ ਸਿੱਖੋ ਇਸ ਏਕਤਾ ਨੂੰ ਹਰਾ ਨਹੀਂ ਸਕਦੀ। ਕੋਸ਼ਿਸ਼ ਕਰਿਓ ਗੁਰੂ ਗੋਬਿੰਦ ਸਿੰਘ ਦਾ ਭੈ ਖਾਂਦੇ, ਗੁਰੂ ਨਾਨਕ ਸਾਹਿਬ ਦਾ ਭੈ ਖਾਂਦੇ, ਗੁਰੂ ਗ੍ਰੰਥ ਸਾਹਿਬ ਦਾ ਭੈ ਖਾਂਦੇ, ਪਿਤਾ ਜੀ ਦਾ ਉਪਦੇਸ਼ ਆ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਓਲਾ। ਆਹ ਜਿਹੜੀਆਂ ਵੱਖਰੀਆਂ ਵੱਖਰੀਆਂ ਤੁਹਾਡੀਆਂ ਆਵਾਜ਼ਾਂ ਉੱਠ ਰਹੀਆਂ ਨੇ ਇਹ ਸਾਨੂੰ ਘਾਤਕਣਾ ਬਣ ਜਾਣ, ਅਸੀਸ ਗੁਰੂ ਗ੍ਰੰਥ ਸਾਹਿਬ ਦੀ ਲੈ ਕੇ ਤੁਰਿਓ, ਕੋਈ ਦੁਨੀਆਂ ਦੀ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ। ਸਤਿਗੁਰੂ ਗਰੀਬ ਨਿਵਾਜ ਦੀ ਦਇਆ ਨਾਲ ਇੱਕ ਵਚਨ ਕਰਕੇ ਆਪ ਜੀ ਤੋਂ ਖਿਮਾ ਮੰਗੂੰਗਾ। ਬਹੁਤ ਸਾਰੇ ਟਾਈਮ ਲੈ ਗਿਆ ਗੁਰਮੁਖ ਪਿਆਰੇ, ਕਦੀ ਦਿੱਲੀ ਨੇ ਸਾਨੂੰ ਘੇਰਾ ਪਾਇਆ ਸੀ ਇਹਨਾਂ ਦਿਨਾਂ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ। ਯਾਦ ਜੇ ਕਿ ਨਹੀਂ ਬੋਲੋ ਗੁਰੂ ਕੇ ਸਿੱਖੋ, ਯਾਦ ਜੇ ਇਹੋ ਦਸੰਬਰ ਦੇ ਦਿਨ ਇਹਨਾਂ ਦਿਨਾਂ ਦੇ ਵਿੱਚ ਠੰਡ ਦਿਆਂ ਦੇ ਅੰਦਰਾਂ ਵਿੱਚ ਸਾਨੂੰ ਘੇਰਾ ਪਿਆ ਸੀ। ਉਹ ਦਿਨ ਬਾਹਰਲਿਆਂ ਨੂੰ ਰਕਤ ਤਾਜ਼ੀ ਆਈ ਜਾਂਦੀ ਸੀ, ਤਾਜ਼ੀ ਸਹਾਇਤਾ ਆਈ ਜਾਂਦੀ ਸੀ। ਅੱਜ ਦਿੱਲੀ ਨੂੰ ਘੇਰਾ ਪਿਆ ਹੈ ਤੇ ਦਿੱਲੀ ਨੂੰ ਰਕਤ ਨਹੀਂ ਗਏ ਹੁਣ ਕਿਤਿਓਂ ਆ ਰਹੀ। ਦਿੱਲੀ ਦੇ ਸਾਥੀ ਵੀ ਉਹਨਾਂ ਨੂੰ ਛੱਡੀ ਜਾਂਦੇ ਨੇ, ਉਹਨਾਂ ਦੇ ਜਿਹੜੇ ਭਾਈਵਾਲ ਸੀ ਉਹ ਵੀ ਟੁੱਟੀ ਜਾਂਦੇ ਨੇ, ਤੇ ਸਾਡੇ ਨਾਲ ਯੂਪੀ ਵੀ ਰਲੀ ਜਾਂਦੀ ਹੈ, ਹਰਿਆਣਾ ਵੀ ਰਲੀ ਜਾਂਦਾ ਹੈ, ਮੱਧਿਆ ਪ੍ਰਦੇਸ਼ ਵੀ ਰਲੀ ਜਾਂਦਾ ਹੈ। ਸਮੇਂ ਨੇ, ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ ਹੈ। ਉੱਦਣ ਸਾਨੂੰ ਘੇਰਾ ਪਿਆ ਸੀ, ਅੱਜ ਉਸ ਜ਼ਾਲਮ ਸਰਕਾਰ ਨੂੰ ਘੇਰਾ ਪਿਆ ਹੈ। ਅੱਗੇ ਵੀ ਕਈ ਵਾਰ ਦੱਸ ਰਿਹਾ ਤੁਹਾਡਾ ਸਟੇਜ ਤੇ ਕਹਿੰਦਾ ਹੈ ਇਹ ਪੰਥ ਜੀਂਦਾ ਸੀ, ਜੀਂਦਾ ਹੈ ਤੇ ਜੀਂਦਾ ਰਹੂਗਾ। ਇਹਨੂੰ ਕੋਈ ਦੁਨੀਆਂ ਦੀ ਤਾਕਤ ਦੀ ਪਿੱਠ ਨਹੀਂ ਲਾ ਸਕਦੀ। ਮੈਂ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਾਂ, ਸਿੱਖ ਬੁਲਾਰੇ ਭਾਵੇਂ ਘੱਟ ਬੋਲ ਲਓ, ਮੈਂ ਵੀ 5 ਮਿੰਟ ਲਾ ਕੇ ਸਮਾਪਤੀ ਕਰਨ ਲੱਗਾ। ਆਹ ਜਿਹੜੇ ਮੇਰੇ ਵੀਰ ਸਾਡੀ ਸਪੋਰਟ ਕਰਨ ਆਏ ਨੇ ਇਹਨਾਂ ਨੂੰ ਅੱਗੇ ਲਿਆਓ, ਇਹਨਾਂ ਨੂੰ ਬੁਲਾਓ। ਇੱਕ ਇੱਕ ਪਲੀ ਪਲੀ ਸਮੁੰਦਰ ਬਣ ਜਾਂਦਾ ਹੈ। ਆਪਾਂ ਹਰ ਸਟੇਜ ਦੇ ਬੁਲਾਰੇ ਨੂੰ ਪਿਆਰ ਕਰੀਏ। ਦੂਸਰੀ ਗੱਲ ਆਪ ਜੀ ਨੂੰ ਕਹਿ ਕੇ ਸਮਾਪਤੀ ਕਰਾਂ, ਆਪਣੀ ਭਾਸ਼ਾ ਦੇ ਉੱਤੇ ਪੂਰਾ ਕੰਟਰੋਲ ਰੱਖੋ। ਭਾਸ਼ਾ ਠੀਕ ਹੋਊਗੀ ਤੁਹਾਡੀ ਫਤਿਹ ਹੋਊਗੀ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਫਿੱਕੇ ਬੋਲ ਨਾ ਬੋਲੋ, ਕਿਸੇ ਨੂੰ ਮਾੜਾ ਨਾ ਆਖੋ। ਹਿੰਦੂ ਮੁਸਲਿਮ ਸਿੱਖ ਈਸਾਈ ਸਭ ਅਕਾਲ ਪੁਰਖ ਦੇ ਇੱਕ ਦੀ ਔਲਾਦ ਹੈ। ਇੱਕ ਹੋ ਕੇ ਤੁਰੋਗੇ, ਕੋਈ ਦੁਨੀਆਂ ਦੀ ਤਾਕਤ ਸਾਡੀ ਪਿੱਠ ਨਹੀਂ ਲਾ ਸਕਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।